ਸ਼ਾਨ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀਆਂ ਨਿਸ਼ਾਲੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਦਰਸ਼ਕ ਇੱਕ ਵਾਰ ਫਿਰ ਹਾਜ਼ਰ ਆ ਤੁਹਾਡੇ ਲਈ ਇੱਕ ਵੱਡੀ ਖਬਰ ਲੈ ਕੇ। ਮੈਂ ਗੱਲ ਕਰਨ ਜਾ ਰਹੀ ਹਾਂ ਜੀ ਪੰਜਾਬੀ ਇੰਡਸਟਰੀ ਦੀ ਇੱਕ ਹੋਰ ਪੱਖ ਦੀ ਹੀ ਕੰਟਰੋਵਰਸੀ ਦੇ ਬਾਰੇ। ਕੰਟਰੋਵਰਸੀ ਕਾਫੀ ਜ਼ਿਆਦਾ ਪੱਕ ਚੁੱਕਿਆ, ਯਾਨੀ ਮੈਂ ਗੱਲ ਕਰ ਰਹੀ ਹਾਂ ਸਿੱਧੂ ਮੂਸੇਵਾਲਾ ਬਾਰੇ। ਸਿੱਧੂ ਮੂਸੇਵਾਲਾ ਤਾਂ ਤੁਹਾਨੂੰ ਪਤਾ ਹੀ ਕਿ ਕੁਝ ਟਾਈਮ ਪਹਿਲਾਂ ਸਿੱਧੂ ਮੂਸੇਵਾਲਾ ਨੇ ਕਾਫੀ ਪੰਜਾਬੀ ਸਿੰਗਰਸ ਨੂੰ ਟਾਰਗੇਟ ਕਰਦੇ ਹੋਏ ਕਾਫੀ ਕੁਝ ਕਿਹਾ ਸੀ, ਯਾਨੀ ਉਹਨਾਂ ਨੇ ਕਾਫੀ ਜ਼ਿਆਦਾ ਰਿਪਲਾਈ ਕੀਤੇ ਸੀ ਕਾਫੀ ਪੰਜਾਬੀ ਸਿੰਗਰਸ ਨੂੰ। ਮੈਂ ਸੁਣਿਆ ਵਿਆਹ ਦੇ ਉੱਤੇ ਇਕੱਠੇ ਹੋਏ ਸੀ, ਉਹ ਵੇਟਰਾਂ ਨੇ ਰਲ ਕੇ ਸਲਾਹ ਕੀਤੀ ਆ, ਕਹਿੰਦੇ ਵਾਰੀ ਵਾਰੀ ਸਿੱਧੂ ਨੂੰ ਐ ਬੋਲਣਾ ਹੋਏ, ਉਹ ਹਿੱਟ ਜੀ ਦੀ ਉਹਨੇ ਲਾ ਪਾ ਕੀਤੀ ਆ। ਬਾਅਦ ਸਭ ਨੂੰ ਇਹ ਸੀ ਕਿ ਸ਼ਾਇਦ ਕਿਸੇ ਸਿੰਗਰ ਵੱਲੋਂ ਰਿਪਲਾਈ ਆਵੇ। ਜੇਕਰ ਕਰਨ ਔਜਲਾ ਦੀ ਗੱਲ ਕਰੀਏ ਤਾਂ ਕਰਨ ਔਜਲਾ ਦਾ ਰਿਪਲਾਈ ਕੁਝ ਟਾਈਮ ਪਹਿਲਾਂ ਆਇਆ ਸੀ, ਪਰ ਜੇਕਰ ਹੁਣ ਇਹਨਾਂ ਪੰਜਾਬੀ ਸਿੰਗਰਸ ਦੀ ਗੱਲ ਕਰੀਏ, ਯਾਨੀ ਜਸ ਮਾਨਕ, ਵਿਜੇ ਰੰਧਾਵਾ ਅਤੇ ਹੋਰ ਕਿੰਨੇ ਹੀ ਪੰਜਾਬੀ ਸਿੰਗਰ ਜਿਹੜੇ ਉਸ ਵਿਆਹ ਦੇ ਉੱਤੇ ਮੌਜੂਦ ਸਨ, ਉਹਨਾਂ ਦੇ ਰਿਪਲਾਈ ਦਾ ਸਭ ਨੂੰ ਇੰਤਜ਼ਾਰ ਸੀ ਕਿ ਕੀ ਕੋਈ ਉਹਨਾਂ ਦੇ ਵਿੱਚੋਂ ਰਿਪਲਾਈ ਕਰੇਗਾ, ਅਤੇ ਹੁਣ ਇੱਕ ਰਿਪਲਾਈ ਆਇਆ ਵਿਜੇ ਰੰਧਾਵਾ ਦੇ ਵੱਲੋਂ, ਅਤੇ ਵਿਜੇ ਰੰਧਾਵਾ ਨੇ ਆਪਣੀ ਇੰਸਟਾਗ੍ਰਾਮ ਦੀ ਇੱਕ ਪੋਸਟ ਦੇ ਨਾਲ ਕੁਝ ਲਿਖ ਕੇ ਜ਼ਰੂਰ ਪਾਇਆ। ਆਓ ਤੁਹਾਨੂੰ ਦਿਖਾਉਂਦੇ ਹਾਂ ਕੀ ਲਿਖਿਆ ਹੈ ਵਿਜੇ ਰੰਧਾਵਾ ਨੇ। ਜੀ ਹਾਂ, ਪੋਸਟ ਤੋਂ ਬਾਅਦ ਇਹ ਗੱਲ ਸਾਫ਼ ਜ਼ਾਹਿਰ ਹੋ ਰਹੀ ਹੈ ਕਿ ਇਸ ਪੋਸਟ ਦੇ ਰਾਹੀਂ ਵਿਜੇ ਰੰਧਾਵਾ ਨੇ ਸਿੱਧੂ ਮੂਸੇਵਾਲਾ ਨੂੰ ਟਾਰਗੇਟ ਕਰਦੇ ਹੋਏ ਕਾਫੀ ਕੁਝ ਕਿਹਾ ਹੈ। ਹੁਣ ਕੰਟਰੋਵਰਸੀ ਕਿੱਥੇ ਅੱਗੇ ਖਤਮ ਹੁੰਦੀ ਹੈ ਇਸ ਗੱਲ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ, ਕਿਉਂਕਿ ਸਿੱਧੂ ਮੂਸੇਵਾਲਾ ਦੇ ਲਾਸਟ ਸਟੇਜ ਸ਼ੋਅ ਦੀ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ ਨੇ ਉਸ ਆਪਣੇ ਸਟੇਜ ਸ਼ੋਅ ਦੇ ਦੌਰਾਨ ਕਿਹਾ ਸੀ ਕਿ ਅੱਜ ਤੋਂ ਬਾਅਦ ਉਹ ਕਿਸੇ ਵੀ ਸਿੰਗਰ ਦਾ ਰਿਪਲਾਈ ਨਹੀਂ ਕਰਨਗੇ। ਪਰ ਹੁਣ ਦੇਖਣਾ ਇਹ ਹੈ ਕਿ ਸਿੱਧੂ ਮੂਸੇਵਾਲਾ ਹੁਣ ਰਿਪਲਾਈ ਕਰਦੇ ਨੇ ਜਾਂ ਫਿਰ ਗੱਲ ਇੱਥੇ ਹੀ ਖਤਮ ਹੋ ਜਾਂਦੀ ਹੈ। ਬਾਕੀ ਤੁਸੀਂ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਸੁਝਾਅ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਅਤੇ ਹੁਣ ਮੈਂ ਚੱਲਦੀ ਹਾਂ ਅਗਲੀ ਵਾਰ ਆਵਾਂਗੀ ਇੱਕ ਨਵੀਂ ਖਬਰ ਦੇ ਨਾਲ, ਅਤੇ ਜੇਕਰ ਤੁਸੀਂ ਚਾਹੁੰਦੇ ਹੋ ਬਾਲੀਵੁੱਡ ਅਤੇ ਪੋਲੀਵੁੱਡ ਦੇ ਡੇਲੀ ਦੇ ਅਪਡੇਟਸ ਜਾਣਨਾ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਪ੍ਰੈਸ ਕਰ ਲਓ ਬੈਲ ਆਈਕਨ ਨੂੰ। ਉਹ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਅਪਡੇਟਸ ਮਿਲਦੀਆਂ ਰਹਿਣ, ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਿਓ। ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ, ਮਾਣ ਪੰਜਾਬ ਦਾ।